ਚਾਹੇ ਗੈਸ ਹੈ, ਚਾਹੇ ਸਬਜ਼ੀ ਹੈ, ਰਾਸ਼ਨ ਹੈ, ਪੂਰਾ 6-6 ਮਹੀਨੇ 8-8 ਮਹੀਨੇ ਦੀ ਤਿਆਰੀ ਕਰਕੇ ਕਿਸਾਨ ਇੱਥੇ ਡਟੇ ਹੋਏ ਨੇ। ਹਰਿਆਣੇ ਦੀ ਸੰਗਤ ਆਪਣਾ ਸਾਥ ਦੇ ਰਹੀ, ਆਪਣੇ ਆਸ ਪਾਸ ਦੇ ਪਿੰਡ ਵੀ ਇੱਥੇ ਸਾਥ ਬਹੁਤ ਦਿੰਦੇ ਜੀ। ਇਹ ਆਪਣੇ ਆਪਣੇ ਗੋਲਾਬਾਰੀ ਇਹ ਕਰਦੇ ਰਹੇ ਵੀ ਜਿੱਦਾਂ ਚੀਨ ਦੇ ਬਾਰਡਰ ਦੀ ਔਰ ਚਾਹੇ ਪਾਕਿਸਤਾਨ ਦੀ ਲੜਾਈ ਇੰਡੀਆ ਨਾਲ ਲੱਗੀ ਆ, ਪਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ। ਖਨੌਰੀ ਬਾਰਡਰ ਤੇ ਤੀਜਾ ਦਿਨ ਕਿਸਾਨਾਂ ਨੂੰ ਹੈ ਔਰ ਬਾਰਡਰ ਤੇ ਕਿਸ ਤਰੀਕੇ ਦੇ ਹਾਲਾਤ ਨੇ, ਰਾਤ ਜਿਹੜੀ ਹੈ ਉਹ ਪੈ ਗਈ ਹੈ। ਤੁਸੀਂ ਦੇਖੋ ਕਿਸਾਨਾਂ ਨੇ ਆਪਣੇ ਜਿਹੜੇ ਟਰਾਲੀਆਂ ਹੈ ਉਸ ਨੂੰ ਕਿਵੇਂ ਤਿਆਰ ਕੀਤਾ ਹੋਇਆ। ਆਪਣੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਲਿਖ ਕੇ ਪਿੰਡ ਦਾ ਨਾਂ ਲਿਖ ਕੇ ਫਿਰੋਜ਼ਪੁਰ ਤੋਂ ਇਹ ਟਰਾਲੀ ਹੈ ਜੋ ਕਿਸਾਨ ਨੇ ਉਹ ਫਿਰੋਜ਼ਪੁਰ ਦੇ ਗੁਰੂ ਹਰਸਰਾਏ ਤੋਂ ਹੈ ਔਰ ਇਹ ਕਿਉਂਕਿ ਅੰਦਰ ਜਿਵੇਂ ਕਿਸਾਨਾਂ ਦੀ ਤਿਆਰੀ ਹੈ, ਤੁਸੀਂ ਦੇਖੋ ਪ੍ਰਬੰਧ ਲੱਗੇ ਹੋਏ ਨੇ ਪੂਰੇ 3 ਦਿਨਾਂ ਤੋਂ ਕਿਉਂਕਿ ਇੱਥੇ ਕਿਸਾਨ ਡਟੇ ਹੋਏ ਨੇ ਔਰ ਤਸਵੀਰਾਂ ਅੰਦਰ ਤੁਸੀਂ ਦੇਖੋ ਕਿ ਚਾਹੇ ਗੈਸ ਹੈ, ਚਾਹੇ ਸਬਜ਼ੀ ਹੈ, ਰਾਸ਼ਨ ਹੈ, ਪੂਰਾ 6-6 ਮਹੀਨੇ 8-8 ਮਹੀਨੇ ਦੀ ਤਿਆਰੀ ਕਰਕੇ ਕਿਸਾਨ ਇੱਥੇ ਡਟੇ ਹੋਏ ਨੇ ਕਿ ਜੋ ਵੀ ਫੈਸਲਾ ਹੋਏਗਾ ਉਸ ਦੇ ਮੁਤਾਬਕ ਆਪਣੀ ਤਿਆਰੀ ਮੁਕੰਮਲ ਹੈ। ਔਰ ਤੁਸੀਂ ਦੇਖੋ ਫਰਿੱਜ ਲੱਗਿਆ ਹੋਇਆ ਹੈ, ਉਸ ਤੋਂ ਇਲਾਵਾ ਗੈਸ ਤੁਹਾਨੂੰ ਨਜ਼ਰ ਆਏਗੀ, ਰਾਸ਼ਨ ਪਿਆ ਹੋਇਆ ਹੈ ਔਰ ਕਿਵੇਂ ਉੱਪਰ ਤੁਸੀਂ ਦੇਖੋ ਕਿ ਟਰਾਲੀ ਨੂੰ ਤਿਆਰ ਕੀਤਾ ਗਿਆ ਸਮਾਨ ਰੱਖਣ ਲਈ। ਪੱਕੀ ਜਿਹੜੀ ਛੱਤ ਹੈ ਇਸਦੀ ਸ਼ੈਲਟਰ ਕੀਤੀ ਹੋਈ ਹੈ, ਪੱਖਾ ਉੱਤੇ ਲੱਗਿਆ ਹੋਇਆ ਹੈ ਔਰ ਬਿਜਲੀ ਦਾ ਕਨੈਕਸ਼ਨ ਕਰਕੇ ਇਸ ਦੇ ਅੰਦਰ ਏਸੀ ਤੱਕ ਦਾ ਪ੍ਰਬੰਧ ਹੈਗਾ, ਯਾਨੀ ਕਿ ਗਰਮੀਆਂ ਤੱਕ ਜੇ ਰੁਕਣਾ ਪਿਆ ਇਸ ਟਰਾਲੀ ਦੇ ਅੰਦਰ ਤਾਂ ਪੂਰਾ ਪ੍ਰਬੰਧ ਹੈਗਾ ਹੈ। ਔਰ ਜੋ ਜਿਨ੍ਹਾਂ ਦੀ ਇਹ ਟਰਾਲੀ ਹੈ ਜਿਹੜੇ ਕਿਸਾਨ ਨੇ ਉਹ ਵੀ ਸਾਡੇ ਨਾਲ ਨੇ। ਬਾਬਾ ਜੀ ਕੀ ਨਾਂ ਹੈ ਜੀ? ਜਸਮੇਲ ਸਿੰਘ ਜੀ, ਬਲਾਕ ਪ੍ਰਧਾਨ ਗੁਰੂਰ ਸਾਹਿਬ ਜੀ, ਬਲਾਕ ਪ੍ਰਧਾਨ। ਹਾਂਜੀ, ਪੂਰੀ ਤਿਆਰ ਕੀਤੀ ਹੋਈ ਹੈ ਤੁਸੀਂ ਪੂਰਾ? ਹਾਂਜੀ, ਪੂਰੀ ਤਿਆਰੀ, ਪਿਛਲੇ ਅੰਦੋਲਨ ਵੇਲੇ ਦੀ ਟਰਾਲਾ ਤਿਆਰ ਕੀਤਾ ਜੀ। ਹਾਂਜੀ, ਕੀ ਕੀ ਲੱਗਿਆ ਹੋਇਆ ਜੀ? ਇਹਦੇ 'ਚ ਹਰ ਚੀਜ਼ ਲੱਗੀ ਹੈ ਜੀ, ਮੁੰਡਿਆਂ ਦੇ ਬੈਠਣ ਵਾਸਤੇ ਸੀਡੀ ਲੱਗੀ ਆ, ਹਾਂਜੀ ਟੀਵੀ ਲੱਗਿਆ, ਫਰਿੱਜ ਹੈ, ਏਸੀ ਹੈ, ਪੱਖਾ ਲੱਗਿਆ ਜੀ, 8 ਮਹੀਨਿਆਂ ਦਾ ਰਾਸ਼ਨ ਇਹਦੇ ਵਿੱਚ ਜੀ ਤੁਸੀਂ ਰੱਖਿਆ ਹੋਇਆ? ਹਾਂਜੀ, ਵੀ ਜਦੋਂ ਵੀ ਜ਼ਰੂਰਤ ਪਵੇ ਉਹ ਅਸੀਂ ਵਰਤ ਸਕਦੇ ਹਾਂ ਜੀ। ਬਾਕੀ ਲੰਗਰਾਂ ਦਾ ਹਜੇ ਪ੍ਰਬੰਧ ਬਹੁਤ ਕਰੀ ਜਾਂਦੇ ਜੀ, ਹਰਿਆਣੇ ਦੀ ਸੰਗਤ ਆਪਣਾ ਸਾਥ ਦੇ ਰਹੀ, ਆਪਣੇ ਆਸ ਪਾਸ ਦੇ ਪਿੰਡ ਵੀ ਇੱਥੇ ਸਾਥ ਬਹੁਤ ਦਿੰਦੇ ਜੀ। ਬਾਕੀ ਆਪਣਾ ਪ੍ਰਬੰਧ ਹਰ ਕਿਸਾਨ ਦਾ 8-8 ਮਹੀਨਿਆਂ ਦਾ ਰਾਸ਼ਨ, ਹਰ ਪ੍ਰਸ਼ਾਦਾ ਤੁਸੀਂ ਹੁਣ ਬਣਾ ਲਿਆ? ਬਣਾ ਲਿਆ? ਹਾਂਜੀ, ਹੁਣ ਬਣਾ ਲਿਆ ਜੀ, ਖੁਦ ਬਣਾਇਆ? ਹਾਂਜੀ, ਨਹੀਂ ਜੀ ਹੁਣ ਹਾਂਜੀ ਸਾਨੂੰ ਜ਼ਰੂਰਤ ਨਹੀਂ ਪੈਂਦੀ ਹਜੇ ਬਣਾਉਣ ਦੀ। ਇੱਥੋਂ ਆਂਢ ਗੁਆਂਢ ਦੀ ਸੰਗਤ ਬਹੁਤ ਸੇਵਾ ਕਰ ਰਹੀ ਆ, ਸਹਿਯੋਗ ਦੇ ਰਹੀ ਆ ਤੇ ਹਜੇ ਅਸੀਂ ਜੇ ਲੋੜ ਪਈ ਜਦੋਂ ਵੀ ਸਾਨੂੰ ਇੱਥੋਂ ਨਾ, ਸਾਡੇ ਕੋਲ 8 ਮਹੀਨਿਆਂ ਦਾ ਰਾਸ਼ਨ ਸਾਡੀ ਟਰਾਲੀ ਦੇ ਵਿੱਚ ਪਿਆ ਤੇ ਜੇ ਕਿਤੇ ਲੋੜ ਪਈ ਅਸੀਂ ਆਪ ਬਣਾਵਾਂਗੇ। ਹਜੇ ਤੱਕ ਸਾਨੂੰ ਸੁਨੇਹਾ ਇਹ ਲੱਗਾ ਨੇੜੇ ਤੇੜੇ ਪਿੰਡਾਂ ਵੰਡੀਆਂ ਵੀ ਤੁਸੀਂ ਆਪਦੇ ਘਰੇ ਅੱਗ ਨਹੀਂ ਬਲਣੀ, ਅਸੀਂ ਲਿਆ ਕੇ ਦੇਵਾਂਗੇ, ਲੰਗਰ ਪਾਣੀ ਸਾਰਾ ਬਣਾ ਕੇ ਦੇਵਾਂਗੇ। ਜਿੱਤੇ ਮੀਟਿੰਗ ਵੀ ਹੈ, ਕੀ ਲੱਗਦਾ ਮੀਟਿੰਗ 'ਚ? ਤੁਸੀਂ ਤਾਂ ਜਥੇਬੰਦੀ ਨਾਲ ਜੁੜੇ ਹੋ, ਇਹ ਹੁਣ ਰਾਤ ਦੇ 10 ਵਜੇ ਤੱਕ ਆਪਾਂ ਨੂੰ ਸਾਰਾ ਕਲੀਅਰ ਹੋ ਜਾਊਗਾ ਜੀ, ਮੀਟਿੰਗ ਦੇ ਵਿੱਚੋਂ ਕਿਹੜੇ ਸਿੱਟੇ ਤੇ ਕੰਮ ਕਿੱਥੋਂ ਤੱਕ ਜਾਂਦਾ ਜੀ। ਠੀਕ ਹੈ, ਤੁਸੀਂ ਕੌਣ ਕੌਣ ਆਇਆ ਤੁਹਾਡੇ ਨਾਲ? ਅਸੀਂ 5 ਟਰਾਲੀਆਂ ਲੈ ਕੇ ਆਏ ਜੀ ਤੇ ਹਰ ਟਰਾਲੀ ਦੇ ਵਿੱਚ ਸਾਡੇ ਕੋਲ 8-8 ਬੰਦੇ ਹੈ ਜੀ, ਵੀ ਜਿੰਨੇ ਬੰਦੇ ਸੌਖੇ ਇਹਦੇ ਵਿੱਚ ਆਰਾਮ ਨਾਲ ਪੈ ਜਾਣ। ਬਾਕੀ ਪਿੱਛੇ ਬੰਦੇ ਤਿਆਰ ਬਹੁਤ ਆ, ਹਜੇ ਰੋਕੀ ਬੈਠੇ ਅਸੀਂ ਉਹਨਾਂ ਨੂੰ ਜੀ। ਤੁਸੀਂ ਖੇਤੀ ਕਰਦੇ ਹੋ? ਹਾਂਜੀ, ਖੇਤੀ ਕਰਦੇ ਹਾਂ ਜੀ। ਇਸ ਟਰਾਲੀ 'ਚ ਕੌਣ ਕੌਣ ਹੈ ਤੁਹਾਡੇ ਨਾਲ? ਇਸ ਟਰਾਲੀ ਦੇ ਵਿੱਚ ਸਾਡੇ ਨਾਲ ਇੱਕ ਤਾਂ ਕਾਨ ਸਿੰਘ ਵਾਲਾ ਪਿੰਡ ਤੋਂ ਗੁਲਜਾਰ ਸਿੰਘ ਹੈ ਜੀ, ਇੱਕ ਮੁੰਡਾ ਹੈ ਬੱਬੂ ਆ, ਬਾਕੀ ਸ਼ਰੀਂ ਵਾਲੇ ਪਿੰਡ ਤੋਂ ਆ ਸਾਡਾ ਦੋਸਤ ਮਿੱਤਰ ਹੈ ਪਰਿਵਾਰ। ਹਾਂਜੀ, ਮੀਤ ਪ੍ਰਧਾਨ ਹੈ, ਜਸਕਰਨ ਸਿੰਘ, ਪ੍ਰੇਮਜੀਤ, ਹੋਰ ਨੇੜੇ ਪਿੰਡਾਂ ਤੋਂ ਇੱਕ। ਅਪਡੇਟ ਕਿਵੇਂ ਲੈਂਦੇ ਹੋ ਕਿ ਕਿਆ ਫੈਸਲਾ ਹੋਣਾ ਹੈ ਜਾਂ ਕਿਵੇਂ ਉਸ ਨੂੰ ਕਿਆ
ਜਥੇਬੰਦੀ ਨੇ ਤੈਅ ਕੀਤਾ ਉਹ ਫੋਨ ਤੇ ਗੱਲ ਕਰਦੇ ਹੋ? ਨਾ ਜੀ, ਸਾਨੂੰ ਪ੍ਰਧਾਨ ਜਿਹੜੇ ਨਾ ਸਾਡੇ ਕੋਈ ਨਾ ਕੋਈ ਰੋਜ਼ਾਨਾ ਇੱਥੇ ਸਾਡੇ ਕੋਲ ਪਹੁੰਚਦੇ ਜੀ, ਡਿਸਟ੍ਰਿਕਟ ਪ੍ਰਧਾਨ ਉਹ ਸਾਨੂੰ ਦੱਸਦੇ ਆ ਅੱਗੇ ਦੀ ਅਪਡੇਟ ਬਾਰੇ। ਸਾਡੇ ਡਿਸਟ੍ਰਿਕਟ ਪ੍ਰਧਾਨ ਜਿੱਦਾਂ ਫਿਰੋਜ਼ਪੁਰ, ਫਰੀਦਕੋਟ, ਮਾਨਸਾ ਸਾਰੇ ਡਿਸਟ੍ਰਿਕਟ ਪ੍ਰਧਾਨ ਆ, ਉਹ ਸਾਨੂੰ ਅੱਗੇ ਅਲਰਟ ਕਰਦੇ ਆ ਵੀ ਇੱਦਾਂ ਆਪਣਾ ਅਗਲੇ ਫੈਸਲਾ ਲੈਣਾ। ਸਾਡੇ ਬੋਰਡ ਸਿੰਘ ਆ ਪ੍ਰਧਾਨ, ਉਹ ਸਾਨੂੰ ਸਾਰਾ ਸਾਡੇ ਕੋਲੇ ਹੀ ਆ ਟਰਾਲੀ ਉਹਨਾਂ ਦੀ, ਉਹ ਦੱਸਦੇ ਰਹਿੰਦੇ ਆ ਵੀ ਆਹ ਮੈਸੇਜ ਆਇਆ। ਅੱਜ ਹਰਿਆਣੇ ਵੱਲੋਂ ਕਿਆ ਆਸੂ ਗੈਸ ਦੇ ਗੋਲੇ ਚੱਲੇ, ਕਿਉਂ ਕੱਲ ਤਾਂ ਬਹੁਤ ਚੱਲੇ? ਨਹੀਂ, ਅੱਜ ਨਹੀਂ ਚੱਲੇ ਜੀ, ਅੱਜ ਭਾਈ ਫਲੈਗ ਲਾਤੇ ਸੀਗੇ ਵੀ ਮੀਟਿੰਗ ਚੱਲ ਰਹੀ ਆ, ਸ਼ਾਂਤਮਈ ਰਹੇ ਨਾ ਅੱਜ, ਤੇ ਅਸੀਂ ਉਦਾਂ ਹੀ ਸ਼ਾਂਤਮਈ ਰਹੇ ਆ। ਤੇ ਹੁਣ ਕੱਲ ਤੋਂ ਜੇ ਅੱਜ ਮੀਟਿੰਗ ਦਾ ਸਿੱਟਾ ਨਹੀਂ ਨਿਕਲਦਾ ਕੋਈ, ਤਾਂ ਅਸੀਂ ਕੱਲ ਤੋਂ ਅਗਰ ਐਸੇ ਵੀ ਹੋਵਾਂਗੇ, ਕੱਲ ਨੂੰ ਬਾਰਡਰ ਕ੍ਰੋਸ ਕਰਾਂਗੇ ਕੱਲ ਨੂੰ। ਕਿੰਨੀ ਉਮਰ ਹੈ ਜੀ ਤੁਹਾਡੀ? ਉਮਰ ਕੋਈ 60 ਦੇ ਅੰਦਾਜ਼ੇ ਹੀ ਆ, ਘੱਟ, ਇੱਕ ਸਾਲ ਘੱਟ ਹੈ ਜੀ। ਦਿੱਲੀ ਵੀ ਗਏ ਸੀ? ਹਾਂਜੀ, ਦਿੱਲੀ 13 ਮਹੀਨੇ ਬੈਠੇ ਰਹੇ ਜੀ। ਹਾਂਜੀ, ਸਾਡੇ ਜਿਹੜੇ ਪੰਜਾਬ ਪ੍ਰਧਾਨ ਆ ਬਹੁਤ ਅੱਛੇ ਆਦਮੀ ਆ, ਕਾਕਾ ਸਿੰਘ ਕੋਟਲਾ, ਨਹੀਂ ਜੀ ਉਹ ਸਾਡੇ ਜਗਜੀਤ ਸਿੰਘ ਆ ਪੰਜਾਬ ਪ੍ਰਧਾਨ, ਕਾਕਾ ਸਿੰਘ ਕੋਟਲਾ ਪੰਜਾਬ ਦੇ ਜਨਰਲ ਸਕੱਤਰ ਆ ਜੀ, ਉਹ ਸਾਡੇ ਕੋਲ ਰੋਜ਼ਾਨਾ ਗੇੜਾ ਮਾਰਦੇ ਆ ਜੀ, ਸਾਰੀ ਗੱਲਬਾਤ ਸਾਨੂੰ ਦੱਸ ਕੇ ਜਾਂਦੇ ਆ ਜੀ। ਬਾਕੀ ਇੰਦਰਜੀਤ ਘਣੀਆ ਜਗਜੀਤ ਸਿੰਘ ਡੱਲੇ ਵਾਲਾ ਸਾਡੇ ਪ੍ਰਧਾਨ ਸਾਹਿਬ ਆ, ਤੇ ਇਹ ਇੱਥੇ ਜਿਹੜਾ ਮੋਰਚੇ ਨੂੰ ਅਗਵਾਈ ਕਰਦੇ ਆ ਇੱਥੇ ਆਪਣੇ ਹੈਗੇ ਆ ਕਾਕਾ ਸਿੰਘ ਕੋਟਲਾ। ਹਰਿਆਣੇ ਹਰਿਆਣੇ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ, ਬਹੁਤ ਬਹੁਤ ਜ਼ਿਆਦਾ ਸਹਿਯੋਗ। ਕੱਲ ਵਾਲੀ ਰਾਤ ਸਾਰਾ ਦਿਨ ਮੰਨੂ ਘੁਆੜ ਸਾਡੇ ਕੋਲੇ ਇੱਥੇ ਰਹੇ ਆ ਜੀ। ਆਪਦਾ ਮੋਰਚਾ ਅਸੀਂ ਫਤਿਹ ਕਰਾਂਗੇ, ਹਰਿਆਣੇ ਦਾ ਸਹਿਯੋਗ ਸਾਨੂੰ ਪੂਰਾ ਮਿਲ ਰਿਹਾ, ਅਸੀਂ ਤਾਂ ਹੀ ਇੱਥੇ ਡਟੇ ਆ। ਜੇ ਸਾਨੂੰ ਹਰਿਆਣੇ ਦਾ ਸਹਿਯੋਗ ਨਾ ਮਿਲਦਾ, ਹੋ ਸਕਦਾ ਸੀ ਮਤਲਬ ਕਿ ਸਾਡੀ ਜਿਹੇ ਬੰਦੀ ਬਹੁਤ ਸਰਮੌਰ ਜਿਹੇ ਬੰਦੀ ਆ, ਵੱਡੀ ਜਿਹੇ ਬੰਦੀ ਆ, ਔਰ ਇਹਦੇ ਜਿਹੜੇ ਆਗੂ ਆ ਬਿਲਕੁਲ ਪੜ੍ਹੇ ਲਿਖੇ ਸੱਚੇ ਸੁੱਚੇ ਆਗੂ ਆ, ਨਧੜ ਕਾਕੂ, ਜਿਨ੍ਹਾਂ ਦੇ ਕੋਈ ਦਾਗ ਨਹੀਂ ਹੈਗਾ। ਤੇ ਉਹ ਆਪ ਡੱਲੇਵਾਲ ਸਾਹਿਬ ਜਿਹੜੇ ਆ ਉਧਰ ਸ਼ਿਮਗੂ ਬਾਰਡਰ ਤੇ ਬੈਠੇ ਆ, ਉਧਰ ਸਾਡੇ 8 ਜ਼ਿਲ੍ਹੇ ਆ ਗਏ ਆ, ਬਾਕੀ ਇੱਧਰ ਕਾਕਾ ਸਿੰਘ ਕੋਟਲਾ ਗਵਾਹੀ ਕਰਨ ਡਏ ਆ ਸਾਰੇ ਦੀ। ਅਸੀਂ ਉਹਨਾਂ ਦੇ ਆਰਡਰ ਤੋਂ ਬਿਨਾਂ ਇੱਕ ਲਕੀਰ ਵੀ ਨਹੀਂ ਟੱਪ ਸਕੇ, ਨਾ ਅਜੇ ਤੱਕ ਸਾਨੂੰ ਕਿਸੇ ਆਗੂ ਦਾ ਆਰਡਰ ਆਇਆ ਆ। ਅਜੇ ਜਿਹੜੀ ਨੌਜਵਾਨੀ ਨਤੜਕ ਬੱਚੇ ਆ ਜਿਹੜੇ, ਉਹ ਹੀ ਅੱਗੇ ਜਾਂਦੇ ਰਹੇ ਆ, ਤੇ ਇਹ ਆਪਣੇ ਆਪਣੇ ਗੋਲਾਬਾਰੀ ਐ ਕਰਦੇ ਰਹੇ ਵੀ ਜਿੱਦਾਂ ਚੀਨ ਦੇ ਬਾਰਡਰ ਦੀ ਔਰ ਚਾਹੇ ਪਾਕਿਸਤਾਨ ਦੀ ਲੜਾਈ ਇੰਡੀਆ ਨਾਲ ਲੱਗੀ ਆ। ਪਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸਰਕਾਰ ਨੂੰ ਵੀ ਮੈਂ ਆਪਣੇ ਸਿਟੀਜਨ ਬੱਚਿਆਂ ਤੇ ਹੀ ਗੋਲੀ ਡਈ ਆ ਚਲਾਉਣ, ਇਸੇ ਕਰਕੇ ਬੱਚੇ ਜਿਹੜੇ ਆ ਵਿਦੇਸ਼ਾਂ ਨੂੰ ਭੱਜਣ ਡਏ ਆ। ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਇੰਡੀਆ ਨੂੰ, ਅਸੀਂ ਸਾਰਾ ਕੁਝ ਖੇਤੀ ਕਰਦੇ ਹਾਂ, ਅਸੀਂ ਨਾਲ ਜੋਬਾਂ ਵੀ ਕਰਦੇ ਹਾਂ, ਅਸੀਂ ਅੱਗੇ ਲੈ ਕੇ ਜਾਣਾ ਇੰਡੀਆ ਨੂੰ। ਪਰ ਇਹ ਇੰਡੀਆ ਵਾਲੇ ਖੱਟਰ ਸਰਕਾਰ ਸਾਡੇ ਨਾਲ ਵਿਰੋਧ ਕਰ ਰਹੀ। ਤੁਸੀਂ ਦੇਖੋ ਕਿ ਕਿਸਾਨ ਜਿਵੇਂ ਖੜੇ ਨੇ, ਇਹ ਟਰਾਲੀ ਹੈ, ਟਰਾਲੀ ਦੇ ਅੰਦਰ ਪ੍ਰਬੰਧ ਹੈ, ਔਰ ਜਿਸ ਤਰੀਕੇ ਦੇ ਜਜ਼ਬਾਤ ਨੇ ਉਹ ਵੀ ਅਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਆਪਣੀ ਤਿਆਰੀ ਨਾਲ ਡਟੇ ਹੋਏ ਨੇ। ਕੈਮਰਾਮੈਨ ਅਮਨਦੀਪ ਨਾਲ ਅਮਨ ਭਾਰਦਵਾਜ, ਨਿਊਜ਼ 18 ਖਨੌਰੀ ਬਾਰਡਰ।